ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਤੇ ਮਜੀਠੀਆ ਤੋਂ ਮਾਫੀ ਮੰਗਣ ਤੇ ਕਈ ਸ਼ਬਦੀ ਵਾਰ ਕੀਤੇ ਹਨ। ਸਿੱਧੂ ਨੇ ਕੇਜਰੀਵਾਲ ਨੂੰ ਹਾਰਿਆ ਹੋਇਆ ਜੁਆਰੀ ਤੱਕ ਕਹਿ ਦਿੱਤਾ। ਭਗਵੰਤ ਮਾਨ ਦਾ ਅਸਤੀਫਾ, ਬਾਕੀ ਸਭ ਜੋ ਵੀ ਹੈ ਇਹ ਉਨਕੀ ਮਰਜ਼ੀ ਹੈ, ਲੇਕਿਨ ਮੈਂ ਇਤਨੀ ਬਾਤ ਆਜ ਆਪਕੋ ਕਹਿ ਰਹਾ ਹੂੰ ਕਿ ਸਵਾਲੀਆ ਨਿਸ਼ਾਨ ਉਠਾਤਾ ਹੈ ਯੇ, ਕਿਉਂਕਿ ਯੇ ਐਸਾ ਹੀ ਹੈ ਕਿ ਕੋਈ ਚੀਜ਼ ਸੁਖਬੀਰ ਬਾਦਲ ਬੋਲੇ ਔਰ ਅਕਾਲੀ ਦਲ ਕਾ ਬੰਦਾ ਕੋਈ ਉਸਕੇ ਖਿਲਾਫ ਰਿਬੈਲੀਅਨ ਕਰੇ। देखिए हमारे जाखड़ साहब प्रधान, जाखड़ साहब जो कहते हैं वो हमारे लिए एकदम से बाधित करता है हमें, तो क्या केजरीवाल साहब के घुटने टेक माफी पंजाब की आम आदमी पार्टी को बाधित करती है? उनसे पूछो कि वो क्या सोचते हैं। मुझे तो लगता है दो फाड़ हो गए, मुझे तो लगता है कि आज आम आदमी पार्टी का पंजाब में कत्ल कर दिया है। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਦੇ ਰਿਸ਼ਤੇਦਾਰ ਤੋਂ ਮੰਗੀ ਮੁਆਫੀ ਕਰਕੇ ਬਾਗੋ ਬਾਗ ਹਨ। ਬਾਦਲ ਲੰਬੀ ਪਿੰਡ ਦੇ ਵਿੱਚ ਮਰਗ ਘਰਾਂ ਦੇ ਵਿੱਚ ਅਫਸੋਸ ਲੈ ਆਏ ਹੋਏ ਸਨ। ਉਹਨਾਂ ਭਗਵੰਤ ਮਾਨ ਦੇ ਅਸਤੀਫੇ ਦੇਣ ਤੋਂ ਬਾਅਦ ਆਪ ਦੇ ਪਤਨ ਦੀ ਸ਼ੁਰੂਆਤ ਕਿਹਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਤੋਂ ਬਾਅਦ ਪਾਰਟੀ ਵਿੱਚ ਆਏ ਭੁਚਾਲ ਦੇ ਬਾਵਜੂਦ ਵਿਧਾਇਕਾਂ ਨੇ ਆਪਣੇ ਲੀਡਰ ਦੇ ਨਾਲ ਖੜੇ ਰਹਿਣ ਦਾ ਫੈਸਲਾ ਕੀਤਾ ਹੈ। ਵਿਧਾਇਕਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਦਾ ਸਾਥ ਦੇਣਗੇ। ਹਾਲਾਂਕਿ ਵਿਧਾਇਕਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕੇਜਰੀਵਾਲ ਦਾ ਅਕਾਲੀ ਦਲ ਨਾਲ ਸਮਝੌਤਾ ਹੈ, ਇਸ ਲਈ ਮੁਆਫੀ ਮੰਗੀ ਗਈ ਹੈ। ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਤੇ ਉਸ ਦੇ ਭਰਾ ਸ਼ਮਸ਼ੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ ਕੇਸ ਵਿੱਚ 2 ਸਾਲਾਂ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 2,000 ਰੁਪਏ ਜੁਰਮਾਨਾ ਵੀ ਕੀਤਾ ਗਿਆ। ਬਾਅਦ ਵਿੱਚ ਅਦਾਲਤ ਨੇ ਦੋਵਾਂ ਭਰਾਵਾਂ ਨੂੰ ਜ਼ਮਾਨਤ ਦੇ ਦਿੱਤੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਜੀਠੀਆ ਤੇ ਨਸ਼ਾ ਤਸਕਰੀ ਦੇ ਮੁੱਦੇ ਤੇ ਮੁਆਫੀ ਮੰਗਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਇਸ ਮੁੱਦੇ ਤੇ ਜਿੱਥੇ ਆਪ ਵਿਧਾਇਕ ਸੱਤੇ 'ਚ ਹਨ, ਉੱਥੇ ਹੀ ਵੱਖ ਵੱਖ ਸਿਆਸੀ ਪਾਰਟੀਆਂ ਵੀ ਬਰਾਬਰ ਆਪ ਆਗੂਆਂ ਤੇ ਤੰਜ ਕੱਸਦੀਆਂ ਨਜ਼ਰ ਆ ਰਹੀਆਂ ਹਨ। ਨੈਸ਼ਨਲ ਸਿੱਖ ਕੈਂਪੇਨ ਵੱਲੋਂ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਲਾਂਚ ਕੀਤੀ ਗਈ ਮੁਹਿੰਮ VR6 ਨੂੰ PR Week US ਅਵਾਰਡ 2018 ਲਈ ਵਾਲ ਸਟਰੀਟ ਨਿਊਯਾਰਕ ਵਿਖੇ ਸਨਮਾਨਿਤ ਕੀਤਾ ਗਿਆ। ਅਮਰੀਕਾ ਨੇ ਸਾਲ 2016 ਦੀਆਂ ਚੋਣਾਂ 'ਚ ਕਥਿਤ ਦਖਲ ਦੇ ਵੱਖ ਵੱਖ ਸਾਈਬਰ ਹਮਲਿਆਂ ਨੂੰ ਲੈ ਕੇ ਰੂਸ ਦੀ ਚੋਟੀ ਦੀ ਜਾਸੂਸੀ ਏਜੰਸੀਆਂ ਤੇ ਸਾਈਬਰ ਗਤੀਵਿਧੀਆਂ 'ਚ ਸ਼ਾਮਲ ਲੋਕਾਂ ਤੇ ਲੜੀਵਾਰ ਪਾਬੰਦੀ ਲਗਾਈ ਹੈ। ਬੁੱਧਵਾਰ ਨੂੰ ਮਿਸੋਰੀ 'ਚ ਭਾਸ਼ਣ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦੇ ਤੱਥ ਸਾਹਮਣੇ ਲਿਆਂਦੇ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਲਾਹੌਰ ਵਿੱਚ ਅਹੁਦਾ ਮੁਕਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਘਰ ਦੇ ਨੇੜੇ ਸਥਿਤ ਪੁਲਿਸ ਚੌਂਕੀ ਉੱਤੇ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੂਚਿਸਤਾਨ ਦੇ ਕਿਲ੍ਹਾ ਸੈਫੁੱਲਾ ਜ਼ਿਲ੍ਹੇ ਵਿੱਚ ਇੱਕ ਘਰ 'ਚ ਹੋਏ ਧਮਾਕੇ 'ਚ ਘੱਟੋ ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 7 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਮਲਬੇ 'ਚ ਕਈ ਹੋਰ ਲੋਕ ਵੀ ਫਸੇ ਹੋ ਸਕਦੇ ਹਨ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 516-998-3222 ਅਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815540000।